ਸਰੋਂ ਵੇਖ ਲਓ, ਇਹ ਵੀ ਟਿੱਡੀ ਦੇਲ ਦੀ ਤਬਾਹੀ ਮਚਾਈ ਹੋਈ ਜੀ। ਨਰਮ ਸਰੋਂ ਸੀ, ਬੜੀ ਸੋਹਣੀ ਖੂਬਸੂਰਤ ਲੱਗਦੀ ਸੀ, ਅਤੇ ਹੁਣ ਇਹਦਾ ਹਾਲ ਵੇਖ ਲਓ, ਮੁਰੱਬਿਆਂ ਨੂੰ ਦਿਲ ਨਹੀਂ ਕਰਦਾ, ਐਵੇਂ ਦੇ ਹਾਲਾਤ ਹੋਏ ਪਏ ਨੇ ਸਰੋਂ ਦੇ। ਇਹ ਉਹਨੇ ਖਾ ਖੂ ਕੇ ਥੱਲੇ ਵੀ ਸਿੱਟੇ ਹੋਏ ਨੇ ਪੱਤੇ, ਇਹ ਵੇਖੋ, ਇਹ ਸਾਰੇ ਉਹਦੇ ਕਮਾਲ ਨੇ, ਟਿੱਡੀ ਦੇ ਹੀ। ਇਹ ਖਾ ਖੂ ਖੂ ਕੇ ਉਹ ਉੱਤੋਂ ਪਰੂੰਬਲ ਜੀ ਤੋੜਦੀ, ਪਤਾ ਨਹੀਂ ਉਹਦਾ ਕੀ ਕੰਮ ਹੈ ਕੀ ਨਹੀਂ, ਰਸ ਚੂਸਦੀ ਹੈ ਪਿਛਲੀਆਂ ਲੱਤਾਂ ਦੇ ਨਾਲ ਨਾ, ਉਹ ਕੱਟਦੀ ਹੈ ਇਹ ਆਰੀ ਤਰ੍ਹਾਂ ਉਹਦੀਆਂ ਲੱਤਾਂ ਨੇ, ਇਹ ਪਿਛਲੀਆਂ ਲੱਤਾਂ ਦੇ ਨਾਲ ਉਹਨੇ ਇਹ ਕੱਟਿਆ ਹੋਇਆ ਜੇ, ਕੱਟ ਕੇ ਉਹ ਥੱਲੇ ਸੁੱਟ ਦਿੰਦੀ ਹੈ, ਨਾ ਉਹਦੇ ਕੰਮ ਨਾ ਜ਼ਿਮੀਦਾਰ ਦੇ ਕੰਮ। ਸਰੋਂ ਕੇਰੀ ਹੋਈ ਸੀ, ਬੜੀ ਮਿਹਨਤ ਕੀਤੀ ਸੀ ਜ਼ਿਮੀਦਾਰ ਨੇ, ਬਹਰਹਾਲ ਜਿਸ ਤਰ੍ਹਾਂ ਅੱਲਾਹ ਤਾਲਾ ਨੂੰ ਮਨਜ਼ੂਰ ਉਸ ਤਰ੍ਹਾਂ ਹੀ ਹੁੰਦੀ ਹੈ। ਇਹ ਸਾਰੀ ਟਿੱਡੀ ਦਿਲ ਦਾ ਕਮਾਲ ਜਿਹਾ, ਅਤੇ ਕਈ ਆਖਦੇ ਸੀ ਜੀ ਇਹ ਕੋਈ ਚੀਜ਼ ਖੜਕਾਓ ਖੜਕਾ ਕਰੋ ਫਿਰ ਉੱਡੇਗੀ, ਖੜਕੇ ਬੜੇ ਕੀਤੇ ਜ਼ਿਮੀਦਾਰਾਂ ਨੇ, ਸਾਰਾ ਦਿਨ ਲੈ ਕੇ ਪਰਾਤਾਂ, ਅਤੇ ਜੋ ਜੋ ਕਿਸੇ ਨੂੰ ਮਿਲਿਆ ਉਹ ਖੜਕਾਉਣ ਵਾਸਤੇ ਲੈ ਕੇ ਫਿਰਦੇ ਰਹੇ ਨੇ, ਬਹਰਹਾਲ ਉਹ ਨਹੀਂ ਉੱਡੀ। ਕੋਈ ਆਖਦਾ ਸੀ ਧੂੰਆਂ ਕਰੋ, ਧੂੰਆਂ ਬੜਾ ਕੀਤਾ, ਆਹ ਨਾਲ ਆ ਵੇਖੋ ਬੂਝੇ ਨੇ, ਬੂਝਿਆਂ ਨੂੰ ਅੱਗ ਲਾਈ ਰੱਖੀ, ਸਾਫ਼ ਕੀਤੇ ਪਏ ਬੂਝਿਆਂ ਨੂੰ, ਸਫਾਈ ਹੋ ਗਈ, ਬਹਰਹਾਲ ਨਹੀਂ ਉੱਡੀ ਉਹ। ਇਹ ਸਾਰੇ ਬੂਝੇ ਉਹ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਂਦੀ, ਸਾੜੇ ਸਾਰੇ ਸਾੜੇ ਨੇ, ਧੂੰਆਂ ਕੀਤਾ ਉਹ ਨਹੀਂ ਉੱਡੀ, ਨਹੀਂ ਗਈ, ਉਹਨੇ ਆਪਣਾ ਕੰਮ ਵਿਖਾਇਆ, ਜਿੱਥੇ ਬੈਠੀ ਹੈ ਨਾ ਉੱਥੋਂ ਸਫਾਈ ਕਰਕੇ ਮੇਰਾ ਵੀਰ ਉੱਠੀ ਉਹ। ਇਹ ਤੁਸੀਂ ਆਪ ਵੇਖ ਸਕਦੇ ਹੋ, ਅਤੇ ਇਹ ਉਹ ਟਿੱਡੀ ਸੀ ਜਿਹਨੇ ਨੁਕਸਾਨ ਕੀਤਾ, ਇਹ ਉਹ ਟਿੱਡੀ ਸੀ। ਹੁਣ ਤਾਂ ਖੈਰ ਖਤਮ ਹੋਈ ਪਈ ਹੈ ਆਪ ਹੀ ਵਿਚਾਰੀ, ਸਰਦੀ ਦੇ ਨਾਲ, ਸਰਦੀ ਬਹੁਤ ਮਨਾਉਂਦੀ ਸਰਦੀ ਦੇ ਨਾਲ, ਹੈ ਨਾ, ਖਤਮ ਹੋ ਗਈ, ਮਰ ਗਈ। ਇਹ ਜਿਹੜੀਆਂ ਇਹਦੀਆਂ ਪਿਛਲੀਆਂ ਲੱਤਾਂ ਨੇ ਨਾ, ਇਹ ਵੇਖੋ ਤੁਸੀਂ ਆਰੀ ਤਰ੍ਹਾਂ ਨੇ, ਇਹ ਬਰੀਕ ਬਰੀਕ ਇਹਨਾਂ ਦੇ ਦੰਦੇ, ਇਹ ਪਿਛਲੀਆਂ ਲੱਤਾਂ ਨਾਲ ਹੀ ਕੱਟਦੀ ਹੈ, ਅਤੇ ਉਹਨਾਂ ਨਾਲ ਹੀ ਇਹ ਪੌਦਾ ਜਿਹੜਾ ਕਮਜ਼ੋਰ ਕਰਦੀ ਹੈ। ਇਹ ਇਹਦੇ ਪਰ ਨੇ, ਪਰਾਂ ਨਾਲ ਉੱਡਦੀ ਹੈ, ਅੱਲਾਹ ਤਾਲਾ ਨੇ ਪੈਦਾ ਕੀਤੀ ਜੀ ਇਹ ਵੀ, ਕੁਦਰਤ ਅੱਲਾਹ ਪਾਕ ਦੀ। ਸਫਾਈ ਹੋ ਗਈ, ਕੁਛ ਵੀ ਨਹੀਂ, ਮੁਰੱਬਿਆਂ ਨੂੰ ਦਿਲ ਹੀ ਨਹੀਂ ਕਰਦਾ ਹੈਗਾ ਜ਼ਿਮੀਦਾਰ ਦਾ, ਜਿਹਨੇ ਇੰਨਾ ਖਰਚਾ ਕੀਤਾ ਆਸ 'ਤੇ ਬੈਠਾ ਹੁੰਦਾ, 6 ਮਹੀਨਿਆਂ ਬਾਅਦ ਫਸਲ ਉਹਦੇ ਘਰ ਆਉਣੀ ਹੁੰਦੀ ਹੈ ਜ਼ਿਮੀਦਾਰ ਦੇ, ਉਹਦੇ 100 ਦਿਲ ਦੇ ਵਿੱਚ ਗੱਲ ਹੁੰਦੀ ਹੈ ਯਾਰ ਫਸਲ ਆਏਗੀ, ਆਹ ਕਰਾਂਗਾ ਆਹ ਕਰਾਂਗਾ, ਜਦੋਂ ਬਚੇ ਕੁਛ ਨਹੀਂ, ਆਏ ਕੁਛ ਨਹੀਂ, ਵਿਚਾਰਾ ਕੀ ਕਰੇਗਾ। ਵੀਡੀਓ ਨੂੰ ਲਾਈਕ ਕਰਿਆ ਜੇ, ਸ਼ੇਅਰ ਕਰਨਾ, ਕਮੈਂਟ ਕਰਨਾ, ਹੁਣ ਇਜਾਜ਼ਤ ਦਿਓ ਆਪਦੇ ਵੀਰ ਅਬਦੁਲ ਰਜ਼ਾਕ ਨੂੰ, ਅੱਲਾਹ ਹਾਫਿਜ਼।